ਇਦੋਂ ਨੇ ਮੰਗਲ ਸੂਤਰ ਦਬਾ ਕੇ ਰੱਖਾ ਹੈ ਤਾਂ वहां भी इनकी एक्सरे पहुंचेगी मंगल सूत्र ਦੇ ਉੱਤੇ ਜੋ ਮਹਾ ਭਾਰਤ ਸਿਆਸੀ ਤੌਰ ਤੇ ਦੇਸ਼ ਦੇ ਵਿੱਚ ਛੜੀ ਹੋਈ ਹੈ ਉਹ ਪ੍ਰਧਾਨ ਮੰਤਰੀ ਦੇਸ਼ ਬਿਆਨ ਦੇ ਨਾਲ ਹੀ ਛੜੀ ਹੋਈ ਹੈ ਅੱਜ ਦੇ ਇਸ ਐਕਸਪਲੇਨਰ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਜਿਸ ਟੈਕਸ ਦਾ ਜ਼ਿਕਰ ਹੋ ਰਿਹਾ ਉਹ ਟੈਕਸ ਹੈ ਕੀ ਵਿਰਾਸਤ ਟੈਕਸ ਦਾ ਮਤਲਬ ਕੀ ਹੈ ਔਰ ਖਾਸ ਤੌਰ ਤੇ ਜਿਹੜੇ ਦੇਸ਼ਾਂ ਦੇ ਵਿੱਚ ਲੱਗਿਆ ਹੋਇਆ ਉੱਥੇ ਕਿਸ ਤਰੀਕੇ ਨਾਲ ਇਹ ਟੈਕਸ ਵਸੂਲਿਆ ਜਾਂਦਾ ਹੈ ਮੈਂ ਸ਼ੁਰੂਆਤ ਕਰ ਦਾਂ ਕਿ ਪੂਰੀ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਇਹ ਕਹਾਣੀ ਸ਼ੁਰੂ ਹੁੰਦੀ ਹੈ 6 ਅਪ੍ਰੈਲ ਤੋਂ ਜਦੋਂ ਰਾਹੁਲ ਗਾਂਧੀ ਹైదరాబాద్ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਇੱਕ ਸਟੇਟਮੈਂਟ ਦਿੰਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਪੂਰੇ ਦੇਸ਼ ਦੇ ਵਿੱਚ ਸਰਕਾਰ ਬਣਨ ਤੇ ਫਾਈਨੈਂਸ਼ੀਅਲ ਸਰਵੇ ਕਰਵਾਵਾਂਗੇ ਤੇ ਜਿਹੜੀਆਂ ਦੇਸ਼ ਦੀ ਸੰਪਤੀ ਤੇ ਨੌਕਰੀਆਂ ਨੇ ਉਸ ਨੂੰ ਰੀਡਿਸਟ੍ਰਿਬਿਊਟ ਕੀਤਾ ਜਾਏਗਾ ਯਾਨੀ ਕਿ ਉਹਨਾਂ ਨੂੰ ਵੰਡਿਆ ਜਾਏਗਾ ਤਾਂ ਇੱਥੋਂ ਪੂਰਾ ਵਿਵਾਦ ਖੜਾ ਹੁੰਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਆਪਣੀ ਸਪੀਚ ਦੇ ਵਿੱਚ ਜ਼ਿਕਰ ਕਰ ਦਿੰਦੇ ਨੇ ਕਿ ਕਾਂਗਰਸ ਸਰਕਾਰ ਬਣਾ ਕੇ ਤੁਹਾਡਾ ਪੈਸਾ ਖੋਰਾਂ ਨੂੰ ਬੰਡਣਾ ਚਾਹੁੰਦੀ ਹੈ ਹਾਲਾਂਕਿ ਇਸ ਨੂੰ ਘਟ ਗਿਣਤੀਆਂ ਤੇ ਬਹੁ ਗਿਣਤੀਆਂ ਦੇ ਵਿਚਾਲੇ ਵੀ ਰੱਖ ਦਿੱਤਾ ਗਿਆ ਪਰ ਇਹ ਜਦੋਂ ਪ੍ਰਧਾਨ ਮੰਤਰੀ ਨੇ ਜ਼ਿਕਰ ਕਰ ਦਿੱਤਾ ਕਿ ਮੰਗਲ ਸੂਤਰ ਤੱਕ ਖੋਲਿਆ ਜਾਵੇਗਾ ਤੁਹਾਡਾ ਜੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਤਾਂ ਫਿਰ ਬਵਾਲ ਹੋਣਾ ਲਾਜ਼ਮੀ ਸੀ ਅੱਜ ਦੇਸ਼ ਦੀ ਸਿਆਸਤ ਮੰਗਲ ਸੂਤਰ ਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ ਹੁਣ ਅਸੀਂ ਅੱਗੇ ਵਧਦੇ ਹਾਂ ਕਿਉਂਕਿ ਸਿਰਫ ਸਟੇਟਮੈਂਟ ਰਾਹੁਲ ਗਾਂਧੀ ਤੇ ਪ੍ਰਧਾਨ ਮੰਤਰੀ ਤੱਕ ਸੀਮਿਤ ਨਹੀਂ ਰਹੀ ਇਹ ਇਸ ਤੋਂ ਵੀ ਅੱਗੇ ਪਹੁੰਚ ਗਈ ਗੱਲ ਜਦੋਂ ਸਹਿਮ ਪਿਤਰਾਉਦਾ ਦੀ ਐਂਟਰੀ ਹੁੰਦੀ ਹੈ ਸਹਿਮ ਪਿਤਰਾਉਦਾ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤੇ ਸਹਿਮ ਪਿਤਰਾਉਦਾ ਨੇ ਬਿਆਨ ਦਿੱਤਾ ਕਿ ਕੁਝ ਦੇਸ਼ਾਂ ਦੇ ਵਿੱਚ ਵਿਰਾਸਤੀ ਟੈਕਸ ਲੱਗਦਾ ਹੈ ਤੇ ਉਹਨਾਂ ਨੂੰ ਠੀਕ ਲੱਗਦਾ ਹੈ ਤੇ ਉਸ ਦੇ ਬਾਰੇ ਵਿਚਾਰ ਦੇਸ਼ ਦੇ ਵਿੱਚ ਯਾਨੀ ਸਾਡੇ ਭਾਰਤ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਹਾਲਾਂਕਿ ਕਾਂਗਰਸ ਨੇ ਉਸ ਬਿਆਨ ਤੋਂ ਕਿਨਾਰਾ ਕਰ ਲਿਆ ਕਿਉਂਕਿ ਸैम ਪਿਤਰਾਉਦਾ ਦੀ ਸਟੇਟਮੈਂਟ ਦੇ ਉੱਤੇ ਬੀਜੇਪੀ ਨੇ ਇੱਕ ਜ਼ਬਰਦਸਤ ਰੁਖ ਅਪਣਾਇਆ ਸੀ ਇਹ ਪੂਰਾ ਘਟਨਾਕਰਮ ਸਿਆਸੀ ਤੌਰ ਦੇ ਉੱਤੇ ਜੋ ਹੁਣ ਤੱਕ ਹੁੰਦਾ ਹੋਇਆ ਨਜ਼ਰ ਆਇਆ ਹੁਣ ਇਸ ਪੂਰੀ ਕਹਾਣੀ ਦੇ ਦੂਜੇ ਹਿੱਸੇ ਦੇ ਵਿੱਚ ਚੱਲਦੇ ਹਾਂ ਇਹ ਦੂਜਾ ਹਿੱਸਾ ਕੀ ਕਹਿੰਦਾ ਜੋ ਵਿਰਾਸਤੀ ਟੈਕਸ ਨੂੰ ਲੈ ਕੇ ਜੁੜਿਆ ਹੋਇਆ ਹੈ ਦੇਖੋ ਭਾਰਤ ਦੇ ਵਿੱਚ ਵੀ ਵਿਰਾਸਤੀ ਟੈਕਸ ਕਿਸੇ ਸਮੇਂ ਤੱਕ ਲੱਗਦਾ ਸੀ ਪਰ ਕਾਂਗਰਸ ਦੇ ਰਾਜ ਦੇ ਵਿੱਚ 1985 ਜਿਸ ਨੂੰ ਖਤਮ ਕਰ ਦਿੱਤਾ ਗਿਆ ਸੀ ਹੁਣ ਗੱਲ ਜਿਹੜੇ ਦੇਸ਼ਾਂ ਦੇ ਵਿੱਚ ਵਿਰਾਸਤੀ ਟੈਕਸ ਲੱਗਦਾ ਹੈ ਵਿਰਾਸਤੀ ਟੈਕਸ ਦੇ ਦੁਨੀਆ ਦੇ ਕਈ ਦੇਸ਼ ਨੇ ਜਿੱਥੇ ਲੱਗਦਾ ਜਿਵੇਂ ਕਿ ਜਾਪਾਨ ਸਾਊਥ ਕੋਰੀਆ ਅਮਰੀਕਾ ਇਟਲੀ ਹੋਰ ਬਹੁਤ ਸਾਰੇ ਐਸੀਆਂ ਕੰਟਰੀਜ਼ ਹੈਗੀਆਂ ਨੇ ਜਿੱਥੇ ਵਿਰਾਸਤੀ ਟੈਕਸ ਵਸੂਲਿਆ ਜਾਂਦਾ ਹੈ ਤੇ ਜਾਪਾਨ ਦੇ ਵਿੱਚ ਤਾਂ ਇਹ 55% ਤੱਕ ਹੈ ਵਿਰਾਸਤੀ ਟੈਕਸ ਹੈ ਕੀ ਮੈਂ ਤੁਹਾਨੂੰ ਅਮਰੀਕਾ ਦੀ ਉਦਾਹਰਨ ਦਵਾਂਗਾ ਅੱਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਸਮਝੋ ਕਿ ਜਾਪਾਨ ਦੇ ਵਿੱਚ 55% ਵਿਰਾਸਤੀ ਟੈਕਸ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਆਪਣੀ ਸੰਪਤੀ 10 ਕਰੋੜ ਰੁਪਇਆ ਛੱਡ ਕੇ ਜਾਂਦਾ ਹੈ ਯਾਨੀ ਕਿ ਕਿਸੇ ਦੀ ਮੌਤ ਹੋ ਜਾਂਦੀ ਹੈ ਉਹ 10 ਕਰੋੜ ਰੁਪਏ ਦੀ ਸੰਪਤੀ ਛੱਡ ਕੇ ਗਿਆ ਤਾਂ ਉਸ ਦਾ 55% ਹਿੱਸਾ ਸਰਕਾਰ ਦੇ ਕੋਲ ਚਲਾ ਜਾਏਗਾ ਯਾਨੀ 10 ਕਰੋੜ ਦਾ ਕਰੀਬ-ਕਰੀਬ 5.5 ਕਰੋੜ ਰੁਪਏ 5.5 ਕਰੋੜ ਚਲਾ ਗਿਆ ਸਰਕਾਰ ਦੇ ਕੋਲ ਤੇ ਬਾਕੀ ਜਿਹੜਾ 4.5 ਕਰੋੜ ਬਚਿਆ ਉਹ ਜਿਹੜੇ ਉਹਨਾਂ ਦੇ ਅੱਗੇ ਉੱਤਰ ਅਧਿਕਾਰੀ ਹੋਣਗੇ ਉਹਨਾਂ ਦੇ ਕੋਲ ਚਲੇ ਜਾਣ ਚਲਾਇਆ ਜਾਏਗਾ ਇਹ ਪੂਰਾ 4.5 ਕਰੋੜ ਰੁਪਇਆ ਇਹ ਜਾਪਾਨ ਦਾ ਪੂਰਾ ਫਾਰਮੂਲਾ ਹੈ ਹਾਲਾਂਕਿ ਅਮਾਉਂਟ ਵੱਖਰੀ ਵੱਖਰੀ ਹੱਥਾਂ ਦੇ ਉੱਤੇ ਹੁੰਦੀ ਹੈ ਪਰ ਹੁਣ ਮੈਂ ਗੱਲ ਕਰਦਾ ਹਾਂ ਵਿਰਾਸਤ ਦੀ ਟੈਕਸ ਦੀ ਔਰ ਅਮਰੀਕਾ ਦਾ ਬਹੁਤ ਜ਼ਿਕਰ ਹੋਇਆ ਤਾਂ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਸਾਡੀ ਟੀਮ ਨੇ ਮੇਰੇ ਸੇ ਹੋ ਗਈ ਕੁਲਦੀਪ ਭਾਰਤਵਾਜ ਨੇ ਕਿ ਵਿਰਾਸਤ ਦੀ ਟੈਕਸ ਦੇ ਵਿੱਚ ਅਮਰੀਕਾ ਦੇ ਵਿੱਚ ਕਿਸ ਤਰੀਕੇ ਨਾਲ ਵਸੂਲਿਆ ਜਾਂਦਾ ਹੈ ਜਦੋਂ ਅਸੀਂ ਅਮਰੀਕਾ ਦੇ ਕਾਨੂੰਨ ਨੂੰ ਘੋਖ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਵਿਰਾਸਤ ਦੇ ਟੈਕਸ ਦੇ ਦੋ ਰੂਪ ਨੇ ਇਕੇ ਉਥੇ ਸਟੇਟ ਟੈਕਸ ਜਿਸ ਨੂੰ ਡੈਥ ਟੈਕਸ ਵੀ ਕਿਹਾ ਜਾਂਦਾ ਹੈ ਮੇਰੇ ਹੱਥ ਦੇ ਵਿੱਚੋਂ ਪੂਰਾ ਟੈਕਸ ਦਾ ਖਰੜਾ ਹੈ ਜਿਹੜਾ ਉਥੇ ਅਪਣਾਇਆ ਜਾਂਦਾ ਹੈ ਵਿਰਾਸਤੀ ਟੈਕਸ ਅਮਰੀਕਾ ਦੇ ਵਿੱਚ ਦੋ ਤਰ੍ਹਾਂ ਦੇ ਨੇ ਇੱਕ ਹੈ ਸਟੇਟ ਟੈਕਸ ਤੇ ਦੂਜਾ ਹੈ ਇਨਹੇਰਿਟੈਂਸ ਟੈਕਸ ਜਿਸ ਦਾ ਜ਼ਿਕਰ ਕਾਂਗਰਸ ਦੇ ਨਾਲ ਤਾਲੁਕ ਰੱਖਣ ਵਾਲੇ ਸैम ਪਿਤਰਾਉਦਾਂ ਨੇ ਵੀ ਕੀਤਾ ਸੀ ਜਿਸ ਟੈਕਸ ਦਾ ਨਾਮ ਇਨਹੇਰਿਟੈਂਸ ਟੈਕਸ ਹੈ ਯਾਨੀ ਵਿਰਾਸਤੀ ਟੈਕਸ ਹੁਣ ਮੈਂ ਪਹਿਲਾਂ ਗੱਲ ਸਟੇਟ ਟੈਕਸ ਦੀ ਕਰਾਂਗਾ ਕਿ ਸਟੇਟ ਟੈਕਸ ਕੀ ਹੁੰਦਾ ਹੈ ਔਰ ਇਸ ਨੂੰ ਡੈਥ ਟੈਕਸ ਵੀ ਕਹਿੰਦੇ ਨੇ ਹੁਣ فرض ਕਰ ਲੋ ਕਿ ਕਿਸੇ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਅ ਸਟੇਟ ਟੈਕਸ ਦੇ ਵਿੱਚ ਜਿਹੜੀ ਟੈਕਸ ਹੈ ਉਹ ਮਾਲਕ ਦੀ ਸੰਪਤੀ ਦੇ ਉੱਤੇ ਲੱਗੇਗਾ ਯਾਨੀ ਕਿ ਉੱਤਰ ਅਧਿਕਾਰੀਆਂ ਦੇ ਉੱਤੇ ਨਹੀਂ ਹੋਏਗਾ ਸਿੱਧਾ ਮਤਲਬ ਇਸ ਦਾ ਇਹ ਹੈ ਕਿ ਜੇਕਰ ਕਿਸੇ ਦੀ ਸੰਪਤੀ 10 ਕਰੋੜ ਹੈ ਤਾਂ ਉਹ ਸਿੱਧਾ ਟੈਕਸ ਉਸ ਦੀ ਸੰਪਤੀ ਦੇ ਉੱਤੇ ਲਾ ਕੇ ਬਾਕੀ ਉਹਨਾਂ ਦੇ ਵਾਲੀ ਵਾਰਸ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਡਿਸਟ੍ਰੀਬਿਊਟ ਕਰ ਦਿੱਤਾ ਜਾਏਗਾ ਸਾਡੇ ਕੋਲ ਇੱਕ ਐਗਜ਼ਾਮਪਲ ਹੈ ਮੈਂ ਤੁਹਾਨੂੰ ਦੱਸ ਦਿਆਂ ਹਾਲਾਂਕਿ ਇਹ ਵੀ ਵੱਖ-ਵੱਖ ਟੈਕਸ ਹੈ ਕਿ ਕਿੰਨਾ ਵਸੂਲਿਆ ਜਾਏਗਾ ਆਪਾਂ ਸਮਝਣ ਦੇ ਲਈ ਮੰਨ ਲੈਂਦੇ ਆ ਕਿਉਂਕਿ ਇਸ ਦੇ ਵਿੱਚ ਸਟੇਟ ਟੈਕਸ ਦੇ ਵਿੱਚ ਅਮਰੀਕਾ ਦੇ ਵਿੱਚ ਕੋਈ ਜਰਾਇਤ ਵੀ ਦਿੱਤੀ ਗਈ ਹੈ ਸਟੇਟ ਟੈਕਸ ਜੇ ਅਮਰੀਕਾ ਦਾ ਆਪਾਂ ਦੇਖੀਏ ਤਾਂ فرض ਕਰ ਲਓ ਕਿ ਕਿਸੇ ਦੀ ਸੰਪਤੀ 50 ਕਰੋੜ ਰੁਪਏ ਸੀ ਤਾਂ ਉਸ ਦੇ ਵਿੱਚ ਉਹਨੂੰ ਛੋਟ ਮਿਲੇਗੀ 29 ਕਰੋੜ ਰੁਪਏ ਦੀ ਬਾਕੀ ਬਚਿਆ 21 ਕਰੋੜ ਰੁਪਇਆ ਤਾਂ 21 ਕਰੋੜ ਦੇ ਉੱਤੇ ਜਿਹੜਾ ਟੈਕਸ ਹੈ ਉਹ ਦੇਣਾ ਹੋਏਗਾ ਔਰ ਉਸ ਸੰਪਤੀ ਜਿਹੜੀ ਉੱਤਰ ਅਧਿਕਾਰੀਆਂ ਨੂੰ ਜਿਹੜੇ ਵਾਲੀ ਬਾਰਿਸ ਨੇ ਕੋਈ ਫਰਜ਼ ਕਰ ਲੋ ਬੇਟਾ ਏ ਬੇਟੀ ਏ ਜਾਂ ਕੋਈ ਹੋਰ ਘਰ ਦਾ ਮੈਂਬਰ ਹੈ ਤਾਂ ਉਸ ਦੇ ਉੱਤੇ ਕੋਈ ਟੈਕਸ ਨਹੀਂ ਲੱਗ ਰਿਹਾ ਪਰ ਇੱਕ ਮੁਸਤ ਟੈਕਸ ਪਹਿਲਾਂ ਹੀ ਸਰਕਾਰ ਨੇ ਵਸੂਲ ਕਰ ਲਿਆ ਉਹ ਵਕ ਵਕ ਹੋ ਸਕਦਾ ਹੈ 18 ਤੋਂ 40% ਦੇ ਵਿਚਾਲੇ ਹੋ ਸਕਦਾ ਏ ਇਹ ਇਸ ਤਰੀਕੇ ਨਾਲ ਟੈਕਸ ਹੈ ਉਸ ਤੋਂ ਬਾਅਦ ਟੈਕਸ ਕੈਲਕੂਲੇਟ ਕਿਵੇਂ ਹੁੰਦਾ ਮੈਂ ਉਹ ਵੀ ਤੁਹਾਨੂੰ ਦੱਸ ਦਣਾ ਹੈ ਰਿਸ਼ਤੇ ਦੇ ਆਧਾਰ ਦੇ ਉੱਤੇ ਟੈਕਸ ਹੈ ਹੁਣ ਫਰਜ਼ ਕਰ ਲੋ ਕਿ 40% 18 ਤੋਂ 40% ਤੱਕ ਸਟੇਟ ਟੈਕਸ ਲੱਗਦਾ ਹੈ 50 ਕਰੋੜ ਦੀ ਸੰਪਤੀ ਤੇ 29 ਕਰੋੜ ਦੀ ਛੋਟ ਹੈ ਤੇ ਉਸ ਤੋਂ ਬਾਅਦ ਸਭ ਤੋਂ ਵੱਧ 40% ਟੈਕਸ ਆਪਾਂ 40% ਤੇ ਐਗਜ਼ਾਮਪਲ ਲੈਨੇ ਆ ਕਿਸ ਦੀ 50 ਕਰੋੜ ਦੀ ਸੰਪਤੀ ਹੈ 29 ਕਰੋੜ ਰੁਪਏ ਉਸ ਦੇ ਵਿੱਚੋਂ ਛੋਟ ਵਾਲਾ ਨਿਕਲ ਗਿਆ ਪਿੱਛੇ ਰਹਿ ਗਿਆ 21 ਕਰੋੜ ਤੇ 21 ਕਰੋੜ ਦਾ 40% ਬਣਦਾ ਹੈ 8 ਕਰੋੜ 40 ਲੱਖ ਰੁਪਏ ਯਾਨੀ ਕਿ 50 ਕਰੋੜ ਜੋ ਛੱਡ ਕੇ ਗਿਆ ਸੀ ਇਹ ਸਟੇਟ ਟੈਕਸ ਉਸ ਨੂੰ ਲੱਗਿਆ ਤਾਂ 8 ਕਰੋੜ 40 ਲੱਖ ਰੁਪਇਆ ਉਹ ਟੈਕਸ ਦੇ ਰੂਪ ਦੇ ਵਿੱਚ ਦੇਣਾ ਹੋਏਗਾ ਤੇ ਉਸ ਤੋਂ ਬਾਅਦ ਜਿਹੜੀ ਸੰਪਤੀ ਬਚੇਗੀ ਉਹ ਉੱਤਰ ਅਧਿਕਾਰੀਆਂ ਦੇ ਵਿੱਚ ਡਿਸਟ੍ਰੀਬਿਊਟ ਕਰ ਦਿੱਤੀ ਜਾਏਗੀ ਇਹ ਹੋ ਗਿਆ ਸਟੇਟ ਟੈਕਸ ਹੁਣ ਅੱਗੇ ਵੱਧਦੇ ਆਂ ਤੇ ਗੱਲ ਵਿਰਾਸਤ ਦੀ ਟੈਕਸ ਦੀ ਜੋ ਜਾਣੜੀ ਬਹੁਤ ਜ਼ਰੂਰੀ ਹੈ ਦੇਖੋ ਵਿਰਾਸਤੀ ਟੈਕਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਕਿ ਵਕ ਵਕ ਥਾਂਵਾਂ ਦੇ ਉੱਤੇ ਹੈ ਅਮਰੀਕਾ ਦੇ ਵਿੱਚ ਵੀ ਹੈ ਇਸ ਕਰਕੇ ਅਸੀਂ ਅਮਰੀਕਾ ਦਾ ਹੀ ਚੁੱਕ ਰਹੇ ਹਾਂ ਕਿਉਂਕਿ ਅਮਰੀਕਾ ਦਾ ਜ਼ਿਕਰ ਬਹੁਤ ਹੋਇਆ ਹੈ ਅਮਰੀਕਾ ਨੂੰ ਲੈ ਕੇ ਵੀ ਮੈਂ ਕਲੀਅਰ ਕਰ ਦਵਾ ਕਿ ਅਮਰੀਕਾ ਦੀਆਂ ਅਲੱਗ-ਅਲੱਗ ਸਟੇਟਸ ਨੇ ਔਰ ਅਲੱਗ-ਅਲੱਗ ਸਟੇਟਸ ਦੇ ਵਿੱਚ ਇਹ ਕਾਨੂੰਨ ਇੰਪਲੀਮੈਂਟ ਹੈ ਤੇ ਕਈਆਂ ਦੇ ਵਿੱਚ ਨਹੀਂ ਵੀ ਲੱਗਦਾ ਮੈਂ ਜੇ ਅਮਰੀਕਾ ਦਾ ਜ਼ਿਕਰ ਕਰਾਂ ਤਾਂ ਸਿਰਫ 6 ਸੂਬਿਆਂ ਦੇ ਵਿੱਚ ਅਮਰੀਕਾ ਦੇ ਇਹ ਟੈਕਸ ਲੱਗਦਾ ਹੈ ਹਾਇਓ ਕੈਂ ਨੇਵਾਰਸਕਾ ਨਿਊ ਜਰਸੀ ਅਤੇ ਪੈਂਸਿਲਵੇਨੀਆ ਮੈਂ ਪੈਂਸਿਲਵੇਨੀਆ ਦੇ ਵਿੱਚ ਕੀ ਕੁਝ ਕਾਨੂੰਨ ਹੈ ਉਹ ਤੁਹਾਨੂੰ ਦੱਸਾਂਗਾ ਔਰ ਸਿੱਧਾ ਆਪਾਂ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਪੈਂਸਿਲਵੇਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਟੈਕਸ ਬੁੱਕ ਵਸੂਲ ਕੀਤਾ ਜਾਂਦਾ ਹੈ ਜੋ ਵਿਰਾਸਤ ਟੈਕਸ ਜਿਸ ਨੂੰ ਆਪਾਂ ਕਹਿੰਦੇ ਹਾਂ ਮੰਨ ਲਓ ਕਿ ਕਿਸੇ ਸ਼ਖਸ ਦੀ ਮੌਤ ਹੋ ਗਈ ਉਹ ਆਪਣੇ ਤਿੰਨ ਬੱਚਿਆਂ ਦੇ ਲਈ ਜਾਂ ਤਿੰਨ ਜਿਹੜੇ ਉੱਤਰ ਅਧਿਕਾਰੀ ਨੇ ਉਹਨਾਂ ਦੇ ਲਈ ਜਿਹੜਾ ਆਪਣੀ ਸੰਪਤੀ ਹੈ ਉਸ ਨੂੰ ਛੱਡ ਗਿਆ ਤਾਂ ਹੁਣ ਜਿਸ ਬੱਚੇ ਦੇ ਕੋਲ ਜਿੰਨੀ ਸੰਪਤੀ ਜਾਏਗੀ ਉਸ ਹਿਸਾਬ ਨਾਲ ਉਸ ਨੂੰ ਟੈਕਸ ਦੇਣਾ ਹੋਵੇਗਾ ਯਾਨੀ ਕਿ ਸਿੱਧੇ ਤੌਰ ਦੇ ਉੱਤੇ ਟੈਕਸ ਨਹੀਂ ਕਟਿਆ ਬਲਕਿ ਫਰਜ਼ ਕਰ ਲਓ ਕਿ 50 ਕਰੋੜ ਹੈ ਉਹਨੇ ਪੰਜ ਉੱਤਰ ਅਧਿਕਾਰੀਆਂ ਦੇ ਵਿੱਚ ਵੰਡਣੀਆਂ 10-10 ਕਰੋੜ ਵੰਡਿਆ ਗਿਆ ਤਾਂ ਹੁਣ 10-10 ਕਰੋੜ ਦੇ ਉੱਤੇ ਟੈਕਸ ਲੱਗੇਗਾ ਕਿਵੇਂ ਕੈਲਕੂਲੇਟ ਹੋਏਗਾ ਮੈਂ ਤੁਹਾਨੂੰ ਦੱਸਦਾ ਫਰਜ਼ ਕਰ ਲਓ ਕਿ ਇੱਕ ਸ਼ਖਸ ਹੈ ਜਿਸ ਨੇ ਆਪਣੀ ਸੰਪਤੀ ਕਰੀ 50 ਕਰੋੜ ਰੁਪਏ ਛੱਡ ਦਿੱਤੀ ਔਰ ਉਸ ਤੋਂ ਬਾਅਦ ਉਹ ਸੰਪਤੀ ਦੇ ਤਿੰਨ ਉੱਤਰ ਅਧਿਕਾਰੀ ਨੇ ਇੱਕ ਉਹਨਾਂ ਦੀ ਪਤਨੀ ਹੈ ਇੱਕ ਉਹਨਾਂ ਦਾ ਬੱਚਾ ਹੈ ਤੇ ਇਕੋ ਨਾਲ ਦਾ ਭਰਾ ਹੈ ਤਿੰਨ ਲੋਕਾਂ ਦੇ ਵਿੱਚ ਉਹ ਸੰਪਤੀ ਵੰਡੀ ਜਾਣੀ ਹੈ ਤਾਂ ਹੁਣ ਇਹ ਕੈਲਕੂਲੇਟ ਕਿਵੇਂ ਹੋਏਗੀ 2022 ਦੇ ਲੇਟੈਸਟ ਅਪਡੇਟ ਦੇ ਮੁਤਾਬਿਕ ਅਸੀਂ ਤੁਹਾਨੂੰ ਪੈਂਸਲ ਬਿਨੀਆ ਦਾ ਦੱਸ ਰਹੇ ਹਾਂ ਦੇਖੋ ਜੇਕਰ ਪਤਨੀ ਜਿਉਂਦੀ ਹੈ ਤਾਂ ਜੇ ਉਹਦੇ ਕੋਲ ਕੋਈ ਹਿੱਸਾ ਜਾ ਰਿਹਾ ਹੈ ਤਾਂ ਪੈਂਸਲ ਬਿਨੀਆ ਦੇ ਵਿਰਾਸਤ ਦੇ ਟੈਕਸ ਦੇ ਮੁਤਾਬਿਕ ਪਤਨੀ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਹੋਏਗਾ ਫਰਜ਼ ਕਰ ਲਓ ਕਿ 50 ਕਰੋੜ ਦੀ ਸੰਪਤੀ ਹੈ ਕਰੀਬ-ਕਰੀਬ 17 ਕਰੋੜ ਤੋਂ ਥੋੜੀ ਜਿਹੀ ਘੱਟ ਇੱਕ ਇੱਕ ਬੰਦੇ ਦੇ ਖਾਤੇ ਦੇ ਵਿੱਚ ਜਾਏਗੀ ਤਾਂ ਜਿਹੜੀ ਪਤਨੀ ਹੈ ਉਸ ਸ਼ਖਸ ਦੀ ਤਾਂ ਉਸ ਨੂੰ ਕੋਈ ਟੈਕਸ ਨਹੀਂ ਦੇਣਾ ਹੋਏਗਾ ਕਰੀਬ ਕਰੀਬ 17 ਕਰੋੜ ਦੇ ਆਸ-ਪਾਸ ਅਪ੍ਰੋਕਸੀਮੇਟਲੀ 16 ਪੌਣਾ 17 ਕਰੋੜ ਬਣਦੀ ਹੈ ਉਹ ਸਿੱਧਾ ਉਹਨਾਂ ਦੇ ਅਕਾਊਂਟ ਚਲੀ ਜਾਏਗੀ ਉਹਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਹੋਏਗਾ ਅੱਛਾ ਜਿਹੜਾ ਬੱਚੇ ਹੋਣਗੇ ਜੇਕਰ ਕਿਸੇ ਬੱਚੇ ਦੇ ਕੋਲ ਟੈਕਸ ਜਾਂਦਾ ਹੈ ਪ੍ਰਾਪਰਟੀ ਜਾਂਦੀ ਹੈ ਤਾਂ ਉਸ ਦੇ ਉੱਤੇ ਉਹਨਾਂ ਨੂੰ 4.5% ਟੈਕਸ ਦੇਣਾ ਹੋਏਗਾ ਜੇ ਜੇ 20 ਕਰੋੜ ਦੀ ਕਿਸੇ ਦੇ ਕੋਲ ਚਲੀ ਗਈ ਸੰਪਤੀ ਦਾ ਉਸ ਦੇ ਉੱਤੇ 4.4% ਦੇ ਹਿਸਾਬ ਦੇ ਨਾਲ ਉਸ ਨੂੰ ਟੈਕਸ ਦੇਣਾ ਹੋਏਗਾ ਯਾਨੀ ਕਰੀਬ ਕਰੀਬ 90 ਲੱਖ ਜਾਂ 1 ਕਰੋੜ ਰੁਪਇਆ ਉਹ 20 ਕਰੋੜ ਦਾ ਬਣਦਾ ਹੈ ਤਾਂ ਜੇਕਰ ਕਿਸੇ ਭੈਣ ਜਾਂ ਭਰਾ ਦੇ ਕੋਲ ਪ੍ਰਾਪਰਟੀ ਜਾਂਦੀ ਹੈ ਫਰਜ਼ ਕਰ ਲੋ ਉਹ 20 ਕਰੋੜ ਰੁਪਏ ਦੀ ਹੈ ਤਾਂ ਉਸ ਦੇ ਉੱਤੇ 12% ਟੈਕਸ ਲੱਗੇਗਾ ਯਾਨੀ ਕਿ 20 ਕਰੋੜ ਦਾ 12% ਕਰੀਬ ਕਰੀਬ 2 ਕਰੋੜ 40 ਲੱਖ ਰੁਪਇਆ ਹੋ ਗਿਆ 8 ਡਾਲਰ ਦੇ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ ਹੁੰਦਾ ਅਸੀਂ ਉਸ ਨੂੰ ਕੈਲਕੂਲੇਟ ਕਰਕੇ ਭਾਰਤੀ ਰੁਪਏ ਦੇ ਮੁਤਾਬਿਕ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਟੈਕਸ ਵੱਖ-ਵੱਖ ਨੇ ਪੂਰੀ ਦੁਨੀਆ ਦੇ ਵਿੱਚ ਦੂਜਾ ਪੁਆਇੰਟ ਇਹ ਵੀ ਹੈ ਕਿ ਇਸ ਤਰੀਕੇ ਨਾਲ ਨਹੀਂ ਹੈ ਕਿ ਜੇਕਰ ਕਿਸੇ ਦੀ ਸੰਪਤੀ ਬਹੁਤ ਘੱਟ ਹੈ ਤਾਂ ਫਿਰ ਉਹ ਉਸ ਦੇ ਉੱਤੇ ਵੀ ਟੈਕਸ ਲੱਗੇਗਾ ਇਹ ਵੀ ਇੱਕ ਲਿਮਿਟ ਹੈ ਕਿ ਕਿੰਨੇ ਮਿਲੀਅਨ ਜਾਂ ਕਿੰਨੇ ਡਾਲਰ ਤੁਹਾਡੇ ਕੋਲ ਸੰਪਤੀ ਦੇ ਹੋਣੇ ਚਾਹੀਦੇ ਨੇ ਟੋਟਲ ਤਾਂ ਹੀ ਤੁਸੀਂ ਟੈਕਸ ਵੱਡੀ ਸਲੈਬ ਦੇ ਵਿੱਚ ਆਉਂਗੇ ਜਿਵੇਂ ਆਪਣੇ ਦੇਸ਼ ਦੇ ਵਿੱਚ ਵੀ ਹੈ ਕਿ ਹਰ ਕੋਈ ਇੰਕਮ ਟੈਕਸ ਨਹੀਂ ਭਰਦਾ ਇੱਕ ਸਲੈਬ ਹੁੰਦੀ ਹੈ ਉਸ ਤੋਂ ਬਾਅਦ ਇੰਕਮ ਟੈਕਸ ਭਰਿਆ ਜਾਂਦਾ ਪਰ ਇਹ ਪ੍ਰਾਪਰਟੀ ਟੈਕਸ ਹੈ ਹੁਣ ਪੁਆਇੰਟ ਇਹ ਵੀ ਹੈ ਕਿ ਇਸ ਦਾ ਮਤਲਬ ਕੀ ਕੱਢਿਆ ਜਾਵੇ ਕਿ ਵਾਕਈ ਹੀ ਇਸ ਤਰੀਕੇ ਨਾਲ ਹੋ ਸਕਦਾ ਹੈ ਇਸ ਦੇ ਉੱਤੇ ਸਿਆਸੀ ਬਿਆਨਬਾਜ਼ੀ ਦਾ ਖੂਬ ਹੋ ਰਹੀ ਹੈ ਪਰ ਜੇਕਰ ਦੇਸ਼ ਦੇ ਵਿੱਚ ਲਿਆਇਆ ਜਾਂਦਾ ਤਾਂ ਕੀ ਕੋਈ ਸਰਵੇ ਅਜਿਹਾ ਹੋਏਗਾ ਜਿਸ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿੰਨਾ 골ਡ ਹੈ ਤੁਹਾਡੇ ਘਰ ਦੇ ਵਿੱਚ ਕਿੰਨਾ ਪੈਸਾ ਹੈ ਹੋਰ ਕੀ ਕੁਝ ਹੈ ਉਸ ਦਾ ਸਾਰਾ ਹਿਸਾਬ ਰੱਖਿਆ ਜਾ ਸਕੇਗਾ ਦੇਸ਼ ਦੇ ਵਿੱਚ ਬਹੁਤ ਸਾਰੇ ਸਾਡੇ ਅਜੇਹ ਘਰ ਵੀ ਨੇ ਜਿੱਥੇ ਸੋਨਾ ਸਾਡੇ ਕੋਲ ਸਾਡੇ ਬਜ਼ੁਰਗਾਂ ਤੋਂ ਮਿਲਿਆ ਸਾਡੀਆਂ ਕਈ ਪੀੜ੍ਹੀਆਂ ਦਾ ਸੋਨਾ ਅੱਗੇ-ਅੱਗੇ ਟਰਾਂਸਫਰ ਹੁੰਦਾ ਰਹਿੰਦਾ ਹੈ ਜਿਸ ਦਾ ਕੋਈ ਹਿਸਾਬ ਕਿਤਾਬ ਸ਼ਾਇਦ ਸਰਕਾਰ ਦੇ ਕੋਲ ਨਾ ਹੋਵੇ ਸ਼ਾਇਦ ਤੁਹਾਡੇ ਕੋਲ ਵੀ ਨਾ ਹੋਵੇ ਕਿ ਉਹ 골ਡ ਕਦੋਂ ਤੇ ਕਿੱਥੋਂ ਖਰੀਦਿਆ ਗਿਆ ਸੀ ਤਾਂ ਇਸ ਨੂੰ ਲੈ ਕੇ ਵੀ ਇਸ ਸਮੇਂ ਬਵਾਲ ਜ਼ਰੂਰ ਹੋ ਰਿਹਾ ਹੈ ਸਿਆਸੀ ਬਿਆਨਬਾਜ਼ੀਆਂ ਜਾਰੀ ਨੇ ਪਰ ਵਿਰਾਸਤ ਦੇ ਟੈਕਸ ਨੂੰ ਲੈ ਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਤੱਕ ਇਹ ਪਿਕਚਰ ਨੂੰ ਪੂਰੀ ਤਰ੍ਹਾਂ ਪਹੁੰਚਾ ਸਕੀਏ ਇਸ ਗੱਲਬਾਤ ਦੇ ਵਿੱਚ ਨਹੀਂ ਇਸੇ ਤਰੀਕੇ ਨਾਲ ਦੁਬਾਰਾ ਅਸੀਂ ਜੁੜਾਂਗੇ ਕੁਝ ਹੋਰ ਮੁੱਦੇ ਨੂੰ ਪੂਰੀ ਤਰ੍ਹਾਂ ਐਕਸਪਲੇਨ ਕਰਨ ਦੇ ਲਈ ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦਿਓ ਧੰਨਵਾਦ